ਅਸੀਂ ਇਸ ਵੇਲੇ ਸ਼ਾਮੀ ਕੀਰਤਨ ਕਰੀਦਾ, ਰਹਿਰਾਸ ਕਰੀਦੀ, ਕੀਰਤਨ ਸੋਹਲਾ ਕਰੀਦਾ, ਇਸ ਵੇਲੇ ਕਥਾ ਨਹੀਂ ਕਰੀਦੀ। ਰਾਤ ਨੂੰ 3 ਵਜੇ ਸੁਖਣੀ ਦਾ ਪਾਠ ਸ਼ੁਰੂ ਹੁੰਦਾ, 2-2-3 ਸਾਡਾ ਸਮਾਂ ਹੁੰਦਾ ਹੈ, 2-2-3.5 ਵਜਿਆਂ ਘੰਟਾ ਲੱਗ ਜਾਏ, 1.5 ਘੰਟਾ ਉਦੋਂ ਹੁੰਦਾ ਹੈ। ਸਾਰਿਆਂ ਤੋਂ ਬਾਅਦ ਵਿੱਚ ਫਿਰ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਹੈ। ਇਸੇ ਕਰਕੇ ਹੁੰਦਾ ਹੈ ਕਿ ਉਦੋਂ ਜਵਾਕਾਂ ਵਾਲੇ ਜ਼ਿਆਦਾ ਚਲੇ ਜਾਂਦੇ ਆ ਜਾਂ ਫਿਰ ਸੌ ਜਾਂਦੇ ਆ, ਸਰੋਤੇ ਹੀ ਬੈਠੇ ਰਹਿੰਦੇ ਆ। ਜਿਨ੍ਹਾਂ ਦੀਆਂ ਸੁਰਤਾਂ ਹੁੰਦੀਆਂ ਨੇ ਵੀ ਲੰਗਰ ਮਿਲੇ, ਜਾਈਏ ਖਾਈਏ, ਉਹ ਫਿਰ ਸਾਰੇ ਕੰਮ ਨਿਬੜ ਜਾਂਦਾ ਹੈ। ਜਿਹੜੇ ਸੁਣਨ ਵਾਲੇ ਨੇ, ਭਗਤੀ ਕਰਨ ਵਾਲੇ, ਉਹ ਰਾਤ ਤੱਕ ਬੈਠੇ ਰਹਿੰਦੇ ਆ। ਬਾਕੀ ਜਿਹੜੇ ਉਹ ਫਿਰ ਆਪਣਾ ਕੰਮ ਸਮਾਪਤ ਕਰਕੇ ਚਲੇ ਜਾਂਦੇ। ਹੁਣ ਅਸੀਂ ਤਾਂ ਕਰ ਰਹੇ ਹਾਂ ਕਿ ਸੰਗਤਾਂ ਨੂੰ 1-2 ਦਿਨ ਦਾ ਸਮਾਂ ਇੱਥੇ ਰੱਖਿਆ ਹੈ ਅਤੇ ਆਪਾਂ ਲਾਹਾ ਖੱਟ ਲਈਏ ਰਾਤ ਦੀ ਰਹਿਣ ਸਬਾਈ ਬਾਰੇ। ਸੰਗਤਾਂ ਨੂੰ ਦੱਸ ਦਈਏ ਕਿ ਰਾਤ ਨੂੰ ਬੈਠਣ ਦਾ ਕਿੰਨਾ ਕੁ ਲਾਭ ਹੈ, ਕਿੰਨੀ ਕੁ ਭਗਤੀ ਹੈ, ਗੁਰਸਾਹਿਬ ਕਿੰਨੀਆਂ ਕੁ ਮਿਹਰਾਂ ਕਰਦੇ ਆ। ਕਈਆਂ ਦਾ ਸਵਾਲ ਹੁੰਦਾ ਜੀ ਇਹ 8-10 ਘੰਟੇ ਬਹਿਣਾ ਬੜਾ ਔਖਾ ਹੈ। 8-10 ਘੰਟੇ ਸੰਗਤ ਵਿੱਚ ਬਹਿਣਾ ਬੜਾ ਔਖਾ ਹੈ, 12 ਘੰਟੇ ਕੰਮ ਕਰਨਾ ਸੌਖਾ ਹੈ, ਅਤੇ 7-8 ਘੰਟੇ ਸੰਗਤ 'ਚ ਬਹਿਣਾ ਔਖਾ ਹੈ। ਕੰਮ ਤੁਹਾਨੂੰ 16 ਘੰਟੇ ਮਿਲੇ ਤੁਸੀਂ ਉਹ ਵੀ ਕਰੋਗੇ, ਪੈਸੇ ਡਾਲਰ ਮਿਲਦੇ ਹਨ, ਸੰਗਤ ਵਾਲੇ ਡਾਲਰ ਤੁਹਾਨੂੰ ਪਤਾ ਨਹੀਂ ਕਿਹੋ ਜਿਹੇ, ਜਿਹੜੇ ਇੱਥੋਂ ਮਿਲਦੇ ਉਹਨਾਂ ਨੂੰ ਨਹੀਂ ਤੁਸੀਂ ਜਾਣਦੇ। ਉਹਨਾਂ ਦਾ ਪਤਾ ਵੀ ਅਸੀਂ ਕੰਮ ਕਰਾਂਗੇ, ਦੁਆੜ ਵੀ ਛੱਡ ਕੇ ਭੱਜੋਗੇ ਵੀ ਸਵੇਰੇ ਅਸੀਂ ਕੰਮ 'ਤੇ ਜਾਣਾ, ਕਿਤੇ ਸਾਡੇ ਉਹ ਨਾ ਰਹਿ ਜਾਣ। ਤੁਹਾਨੂੰ ਪਤਾ ਨਹੀਂ ਇਸ ਕੰਮ ਦੀ ਕੀਮਤ ਕੀ ਹੈ। ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦਿਓ, ਸਾਡੀ ਰਹਿਣ ਸਬਾਈ ਹੁੰਦੀ ਹੈ। ਸਾਨੂੰ ਪਤਾ ਤੁਸੀਂ ਕੰਮ ਕਾਰ ਕਰਨ ਵਾਲੇ ਜੀ, ਕੰਮ ਨਹੀਂ ਛੱਡਦੇ ਲੋਕ। ਪੰਜਾਬ 'ਚ ਵੀ ਰਹਿਣ ਹੀ ਸਬਾਈ ਚੱਲਦੀ ਹੈ। ਬਾਬਾ ਈਸ਼ਰ ਸਿੰਘ ਦੀ 100 ਸਾਲ ਸ਼ਤਾਬਦੀ ਤੋਂ ਸ਼ੁਰੂ ਹੋਈ ਸੀ, ਹੁਣ ਤੱਕ ਉਹ ਚੱਲੀ ਜਾ ਰਹੀ। ਸ਼ਾਮੀ 7-8 ਵਜੇ ਤੋਂ ਸ਼ੁਰੂ ਹੁੰਦਾ ਅਤੇ ਸਵੇਰ ਦੇ 7 ਵਜੇ ਤਾਈਂ ਸਮਾਪਤੀ ਹੁੰਦੀ। ਅੱਜ 5-6 ਵਜੇ ਸੁਖਮਨੀ ਦੇ ਪਾਠ ਸ਼ੁਰੂ ਹੋਏ, ਫਿਰ ਕੀਰਤਨ ਹੋਇਆ, ਫਿਰ ਰਹਿਰਾਸ ਕੀਰਤਨ ਸੋਹਲਾ ਹੋਇਆ, ਫਿਰ ਹੁਣ ਲੰਗਰ ਪ੍ਰਸ਼ਾਦ ਛਕਾ ਕੇ ਸਾਰਿਆਂ ਨੂੰ ਫਿਰ ਰਾਤ ਨੂੰ ਸਾਰੇ ਸ਼ਬਦ ਪੜ੍ਹਨਗੇ। ਇੱਥੇ ਰਹਿਣ ਸਬਾਈ 'ਚ ਰਿਹਾ ਜੇ, ਜੇ ਬਾਹਤੀ ਨੀਂਦਰ ਕਿਸੇ ਨੂੰ ਆਈ ਇੱਥੇ ਅੱਖਾਂ ਬੰਦ ਕਰ ਲਿਓ। ਆਪਾਂ ਜਦੋਂ ਪੰਜਾਬ ਤੋਂ ਚੱਲਦੇ ਹਾਂ ਨਾ ਵੀ ਅਸੀਂ ਆਸਟ੍ਰੇਲੀਆ ਜਾਣਾ ਹੈ, ਤੁਹਾਨੂੰ ਪਤਾ 10-12 ਘੰਟੇ ਲੱਗਦੇ ਆ, ਉਹ ਤੁਸੀਂ ਕੱਟ ਲੈਂਦੇ ਜੇ, ਵਿੱਚੇ ਸੌ ਲਿਆ, ਵਿੱਚੇ ਖਾ ਲਿਆ, ਵਿੱਚੇ ਬੈਠ ਲਿਆ, ਉਹ ਜਾ ਛੱਡ ਕੇ ਭੱਜੋਗੇ ਨਹੀਂ। ਜੇ ਭੱਜੋਗੇ ਤਾਂ ਸਿੱਧਾ ਥੱਲੇ ਹੀ ਜਾਓ, ਜਾ ਅਸੀਂ ਬੈਠਣਾ ਪੈ ਗਿਆ ਜੇ 10-12 ਘੰਟੇ ਦੀ ਫਲੈਟ ਜਾਂ 5-5-6-6 ਘੰਟੇ ਦੀ। ਉੱਧਰ ਤਾਂ ਸਿੱਧੀਆਂ ਆਉਂਦੀਆਂ ਨੇ ਇੰਡੀਆ ਤੋਂ ਮੈਲਬੋਰਨ ਵਾਲੀ, ਇੱਥੇ ਕਹਿੰਦੇ ਵੀ ਮਲੇਸ਼ੀਆ ਹੋ ਕੇ, ਸਿੰਗਾਪੁਰ ਹੋ ਕੇ ਆਉਂਦੀਆਂ। ਜੇ 5-5 ਘੰਟੇ ਉਹ ਬਹਿਣਾ ਪੈਂਦਾ, ਉਹ ਆਪਾਂ ਛੱਡ ਨਹੀਂ ਸਕਦੇ, ਫਿਰ ਅਸੀਂ ਜਾ ਕੇ ਇੱਥੇ ਇਸ ਦੇਸ਼ ਤੱਕ ਪਹੁੰਚਦੇ ਹਾਂ। ਇਹ ਮੇਰਾਤ ਆਪਾਂ ਰਹਿਣ ਸਬਾਈ ਕਰਨੀ। ਪਹਿਲੋਂ 3 ਵਜੇ ਤਾਈਂ ਕੀਰਤਨ ਚੱਲੇਗਾ, ਫਿਰ 3 ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਚੱਲੇਗਾ, ਜਪਜੀ ਸਾਹਿਬ ਸ਼ਬਦ ਹਜ਼ਾਰੇ 5 ਵਜੇ ਤੱਕ, ਫਿਰ 5-7 ਸਾਰੀ ਵਾਰ ਦਾ ਕੀਰਤਨ ਚੱਲੇਗਾ। ਜਿੰਨਾ ਚਿਰ ਤੁਸੀਂ ਬੈਠ ਸਕਦੇ ਜੇ ਬੈਠੋ, ਲਾਹਾ ਖੱਟੋ,
किसी बाद ही जरूरी होंगी, वह 3 बजे चले जाते हैं, कई सुखमनी के पाठ तो बाद आगे ला लेंगे। 7 बजे असी फिर लंगर प्रसाद छका के फिर उदों तक सबनों छुट्टी दे दी दी, फिर दिने सारे आराम कर लेंगे, रात को फिर रैन सफाई हो जाती है।